ਹਾਂਜੀ ਦੋਸਤੋ ਤੁਹਾਡੇ 10ਵੀਂ ਓਪਨ ਵਾਲਿਆਂ ਦਾ ਕੱਲ ਐਸਐਸਟੀ ਦਾ ਪੇਪਰ ਆ ਤੇ ਦੋਸਤੋ ਕੱਲ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਸ਼ਾਮ ਕੇ ਜੇ ਨੂੰ ਤੇ ਉਹਦੇ ਵਿੱਚ ਮੈਂ ਤੁਹਾਨੂੰ ਪੰਜਾਬੀ ਮੀਡੀਅਮ ਦਾ ਸਾਰਾ ਕੁਝ ਪ੍ਰੋਵਾਈਡ ਕਰਵਾ ਦਿੱਤਾ ਸੀਗਾ ਸੈਂਪਲ ਪੇਪਰ ਕੁਐਸਚਨ ਪੇਪਰ ਠੀਕ ਹੈ ਸੌਲਟ ਪੇਪਰ ਠੀਕ ਹੈ ਜੀ ਤੇ ਇੰਪੋਰਟੈਂਟ ਕੁਐਸਚਨ ਲੌਂਗ ਦੱਸੇ ਸੀ ਕਿ ਕਿਹੜੇ ਕਿਹੜੇ ਚੈਪਟਰ ਦੇ ਵਿੱਚ ਆਉਣਗੇ ਭਾਵੇਂ ਤੁਸੀਂ ਇੰਗਲਿਸ਼ ਮੀਡੀਅਮ ਵਾਲੇ ਹੋ ਭਾਵੇਂ ਤੁਸੀਂ ਪੰਜਾਬੀ ਮੀਡੀਅਮ ਵਾਲੇ ਹੋ ਤਾਂ ਦੋਸਤੋ ਕੱਲ ਮੈਂ ਇੰਗਲਿਸ਼ ਮੀਡੀਅਮ ਦੇ ਕੋਈ ਵੀ ਕੁਐਸਚਨ ਪੇਪਰ ਸੌਲਟ ਪੇਪਰ ਠੀਕ ਹੈ ਜੀ ਜਿਹਦੇ ਵਿੱਚ ਤਾਂ ਤਿੰਨੋ ਮੀਡੀਅਮ ਹੁੰਦੇ ਨੇ ਜਿਵੇਂ ਕਿ ਤੁਸੀਂ ਪੇਪਰ ਦੇਣ ਜਾਣੇ ਹੋ ਜਿਹੜਾ ਕੁਐਸਚਨ ਪੇਪਰ ਉਹ ਤਾਂ ਮੈਂ ਅਪਲੋਡ ਕਰ ਦਿੱਤੇ ਸੀਗੇ ਤਿੰਨੋ ਮੀਡੀਅਮ ਦੇ ਵਿੱਚ ਹਿੰਦੀ ਇੰਗਲਿਸ਼ ਪੰਜਾਬੀ ਦੇ ਵਿੱਚ ਬਟ ਸੌਲਡ ਪੇਪਰ ਨਹੀਂ ਅਪਲੋਡ ਕੀਤੇ ਸੀਗੇ ਸੈਂਪਲ ਪੇਪਰ ਮਾਡਲ ਟੈਸਟ ਪੇਪਰ ਤਾਂ ਦੋਸਤੋ ਹੁਣ ਜਿਹੜੇ ਇੰਗਲਿਸ਼ ਮੀਡੀਅਮ ਵਾਲੇ ਵਿਦਿਆਰਥੀ ਨੇ ਉਹ ਡਿਸਕ੍ਰਿਪਸ਼ਨ ਬਾਕਸ ਆਪਣਾ ਚੈੱਕ ਕਰਨ ਠੀਕ ਹੈ ਜੀ ਉਹਦੇ ਹੇਠਾਂ ਮੈਂ ਤੁਹਾਡੇ ਇੰਗਲਿਸ਼ ਮੀਡੀਅਮ ਦੇ ਦੋਸਤੋ ਸੈਂਪਲ ਪੇਪਰ ਹੋਗੇ ਠੀਕ ਹੈ ਜੀ ਦੋ ਸੌਲਡ ਪੇਪਰ ਹੋਗੇ ਤੇ ਗੈਸ ਪੇਪਰ ਹੋ ਗਿਆ ਠੀਕ ਹੈ ਜੀ ਆਪਣਾ ਸਾਰਾ ਕੁਝ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਿੱਤਾ ਵਾ ਠੀਕ ਹੈ ਜੀ ਐਸਐਸਟੀ ਦਾ ਇੰਗਲਿਸ਼ ਮੀਡੀਅਮ ਸੋਲਵਡ ਪੇਪਰ ਇੱਕ ਤੇ ਐਸਐਸਟੀ ਦਾ ਸੋਲਵਡ ਪੇਪਰ ਦੋ ਠੀਕ ਹੈ ਜੀ ਤੇ ਮਾਡਲ ਟੈਸਟ ਪੇਪਰ ਠੀਕ ਹੈ ਜੀ 6-7 ਮਾਡਲ ਟੈਸਟ ਪੇਪਰ ਹੋਣਗੇ ਇਹਦੇ ਵਿੱਚ ਤੇ ਇੱਕ ਗੈਸ ਪੇਪਰ ਠੀਕ ਹੈ ਜੀ ਤੇ ਇਹ ਸਾਰਿਆਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਿੱਤਾ ਵਾ ਇਨ ਇੰਗਲਿਸ਼ ਮੀਡੀਅਮ ਆ ਠੀਕ ਹੈ ਜੀ ਤੁਸੀਂ ਇਸ ਨੂੰ ਦੇਖ ਲਵੋ ਇੰਗਲਿਸ਼ ਮੀਡੀਅਮ ਵਾਲੇ ਬਾਕੀ ਦੋਸਤੋ ਮੈਂ ਲੌਂਗ ਕੁਐਸਚਨ ਆਨਸਰ ਦੱਸੇ ਸੀਗੇ ਉਹ ਵੀਡੀਓ ਮੈਂ ਅਪਲੋਡ ਕੀਤੀ ਹੋਈ ਆ ਠੀਕ ਹੈ ਜੀ ਲਿੰਕ ਡਿਸਕ੍ਰਿਪਸ਼ਨ ਆ ਜਿਹਦੇ ਵਿੱਚ ਮੈਂ ਪੰਜਾਬੀ ਮੀਡੀਅਮ ਦਾ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਸੀਗਾ ਠੀਕ ਹੈ ਜੀ ਉਹ ਵੀਡੀਓ ਜਿਹੜੇ ਲਿੰਕ ਇਨ ਡਿਸਕ੍ਰਿਪਸ਼ਨ ਆ ਤੁਸੀਂ ਦੇਖ ਲਓ ਠੀਕ ਹੈ ਜੀ ਇੰਪੋਰਟੈਂਟ ਕੁਐਸਚਨ ਆ ਬਾਰੇ ਤੇ ਕਿਹੜੇ-ਕਿਹੜੇ ਕੁਐਸਚਨ ਡਿਲੀਟ ਹੋਏ ਸੀਗੇ ਕਿਹੜੇ-ਕਿਹੜੇ ਕੁਐਸਚਨ ਐਡ ਤੇ ਇੰਗਲਿਸ਼ ਮੀਡੀਅਮ ਵਾਲੇ ਆਪਣਾ ਲਿੰਕ ਮੈਂ ਹਿੱਥਾ ਪਾਇਆ ਹੋਇਆ ਬਾ ਡਾਊਨਲੋਡ ਕਰ ਲਓ ਆਪਣਾ ਠੀਕ ਹੈ ਜੀ ਇੰਗਲਿਸ਼ ਮੀਡੀਅਮ ਵਾਲੇ ਓਕੇ ਦੋਸਤੋ ਚਲੋ ਠੀਕ ਹੈ ਜੀ ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ ਦੋਸਤੋ ਚਲੋ ਠੀਕ ਹੈ ਜੀ ਬਾਬਾ ਵੀਡੀਓ ਨੂੰ ਲਾਈਕ ਕਰਦੇ